ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਦੋਸਤੋ, ਹੋਰ ਵੀਡੀਓ ਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਤੁਹਾਡੇ ਕੀਤੇ ਹੋਏ ਕਮੈਂਟਸ ਦਾ ਅਸੀਂ ਆਨਸਰ ਦੇ ਸਕੀਏ। ਸੋ ਸਾਡੀ ਇੱਕ ਵੀਡੀਓ ਹੁੰਦੀ ਹੈ ਕਿਊ ਐਂਡ ਏ, ਕੁਐਸਚਨ ਆਨਸਰ। ਤੁਸੀਂ ਮੈਨੂੰ ਕਮੈਂਟ ਦੇ ਰੂਪ ਦੇ ਵਿੱਚ ਸਵਾਲ ਕਰਦੇ ਹੋ ਅਤੇ ਮੈਂ ਕੋਸ਼ਿਸ਼ ਕਰਦਾ ਹੈਗਾ ਕਿ ਤੁਹਾਡੇ ਸਵਾਲਾਂ ਦੇ ਸਹੀ ਸਹੀ ਜਵਾਬ ਦੇ ਸਕਾਂ। ਸੋ ਅੱਜ ਦੇ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਸਵਾਲ। ਸੋ ਮਿਸਟਰ ਗੁਰਪਾਲ ਸਿੰਘ ਜਿਹੜੇ ਹੈਗੇ ਆ ਉਹ ਪੁੱਛ ਰਹੇ ਨੇ ਸਵਾਲ, ਭਾਅ ਜੀ ਫਰੀਲਾਂਸਰ ਪ੍ਰੋਫਾਈਲ ਵਾਲੇ ਕਿਵੇਂ ਵੀਜ਼ਾ ਲੈ ਸਕਦੇ ਨੇ? ਜੇ ਤੁਸੀਂ ਫਰੀਲਾਂਸਿੰਗ ਦਾ ਕੰਮ ਕਰਦੇ ਹੋ ਤੁਹਾਡੀ ਪ੍ਰੋਫਾਈਲ ਵੀ ਸੈਲਰੀ ਵਾਲੇ ਦੇ ਬਰਾਬਰ ਹੀ ਹੁੰਦੀ ਹੈ, ਕਿਉਂਕਿ ਤੁਹਾਨੂੰ ਵੀ ਇਨਕਮ ਜਿਹੜੀ ਉਹ ਅਕਾਊਂਟ 'ਚ ਹੀ ਆਉਣੀ ਚਾਹੀਦੀ ਹੈ, ਤੁਹਾਨੂੰ ਵੀ ਰਿਟਰਨ ਭਰਨੀ ਚਾਹੀਦੀ ਹੈਗੀ ਹੈ। ਠੀਕ ਹੈ ਜੀ, ਤੁਸੀਂ ਵੀ ਜਿਹੜੀ ਆਪਦੀ ਸਟੇਟਮੈਂਟ ਉਵੇਂ ਹੀ ਬਣਾਉਣੀ ਜਿਵੇਂ ਸੈਲਰੀ ਮੇਕਰ ਬਣਾਉਂਦਾ। ਕੰਮ ਫਰੀਲਾਂਸਿੰਗ ਦਾ ਕਰਦੇ ਹੋ, ਪੈਸੇ ਤਾਂ ਆਉਂਦੇ ਨੇ ਨਾ, ਅੰਬੈਸੀ ਨੇ ਬੇਸਿਕਲੀ ਤੁਹਾਡਾ ਇਨਕਮ ਦਾ ਸੋਰਸ ਦੇਖਣਾ। ਉਹ ਤੁਸੀਂ ਕਿਤੇ ਫਿਕਸ ਜੋਬ ਕਰਦੇ ਹੋ, ਭਾਵੇਂ ਫਰੀਲਾਂਸਰ ਕਰਦੇ ਹੋ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ, ਤੁਹਾਡੀ ਰਿਟਰਨ ਤੁਸੀਂ ਫਰੀਲਾਂਸਿੰਗ ਤੋਂ ਸੈਲਰੀ ਦੇ ਬਰਾਬਰ ਦਾ ਇਨਕਮ ਕਮਾ ਹੀ ਲੈਂਦੇ ਹੋਵੋਗੇ ਨਾ। ਸੋ ਤੁਸੀਂ ਆਪਦੀਆਂ ਰਿਟਰਨਾਂ ਭਰੋ, ਆਪਦੀ ਅਕਾਊਂਟ ਨੂੰ ਮੇਨਟੇਨ ਕਰੋ, ਠੀਕ ਹੈ ਜੀ, ਆਪਦੀ ਬੈਂਕ ਸਟੇਟਮੈਂਟ ਬਣਾਓ ਅਤੇ ਵੀਜ਼ਾ ਅਪਲਾਈ ਕਰੋ। ਸੇਮ ਪ੍ਰੋਫਾਈਲ ਹੁੰਦੀ ਹੈ ਜਿਵੇਂ ਸੈਲਰੀ ਜੋਬ ਸੀਕਰ ਦੀ ਪ੍ਰੋਫਾਈਲ ਹੁੰਦੀ ਹੈ, ਸੇਮ ਫਰੀਲਾਂਸਰ ਦੀ ਪ੍ਰੋਫਾਈਲ ਹੁੰਦੀ ਹੈ। ਇਹੀ ਪ੍ਰੋਫਾਈਲ ਦੇ ਨਾਲ ਤੁਸੀਂ ਵੀਜ਼ਾ ਜਿਹੜਾ ਉਹ ਲੈ ਸਕਦੇ ਹੈਗੇ ਹੋ। ਅੰਮੀ ਬਰਾੜ ਜੀ ਪੁੱਛਦੇ ਨੇ, ਸਰ ਸੈਲਰੀ ਦੇ ਨਾਲ ਹੋਰ ਇਨਕਮ ਨੂੰ ਆਈ ਟੀ ਆਰ 'ਚ ਸ਼ੋਅ ਕਿਵੇਂ ਕਰੀਦਾ ਹੈ? ਠੀਕ ਹੈ, ਉਸ ਵਿੱਚ ਤਾਂ ਡਿਲੀਟ ਹੁੰਦੀ ਪਤਾ ਨਹੀਂ। ਅੱਛਾ, ਇਹ ਕਹਿੰਦੇ ਨੇ ਕਿ ਜੇ ਬੰਦਾ ਕੋਈ ਸੈਲਰੀ ਲੈਂਦਾ ਹੈਗਾ ਅਤੇ ਨਾਲ ਉਹਦੇ ਕੋਈ ਹੋਰ ਕੰਮ ਕਰਦਾ ਹੈ, ਉਹਨੂੰ ਤੁਸੀਂ ਕਿਵੇਂ ਸ਼ੋਅ ਕਰ ਸਕਦੇ ਹੋ? ਦੋਸਤੋ, ਮੈਂ ਇੱਕ ਮੇਰੀ ਵੀਡੀਓ ਹੈਗੀ ਹੈ ਆਈ ਟੀ ਆਰ ਦੇ ਉੱਤੇ, ਉਹਦੇ ਵਿੱਚ ਮੈਂ ਸਭ ਕੁਝ ਸ਼ੋਅ ਕੀਤਾ ਹੋਇਆ। ਆਈ ਟੀ ਆਰ ਵੀ ਕਈ ਤਰ੍ਹਾਂ ਦੀ ਹੁੰਦੀ ਹੈ, 7-8 ਤਰ੍ਹਾਂ ਦੀ ਆਈ ਟੀ ਆਰ ਹੁੰਦੀ ਹੈ। ਇੰਡੀਵਿਜੁਅਲ 4 ਤਰ੍ਹਾਂ ਦੇ ਲੋਕ ਆਈ ਟੀ ਆਰ ਭਰਦੇ ਨੇ, ਆਈ ਟੀ ਆਰ 1, 2, 3, 4। ਸੋ ਇਹਦੇ ਵਿੱਚੋਂ ਇੱਕ ਆਈ ਟੀ ਆਰ ਇਸ ਤਰ੍ਹਾਂ ਦੀ ਹੁੰਦੀ ਹੈ, ਤੁਸੀਂ ਸੈਲਰੀ ਪਲੱਸ ਐਗਰੀਕਲਚਰ, ਸੈਲਰੀ ਪਲੱਸ ਬਿਜ਼ਨਸ, ਇਸ ਤਰ੍ਹਾਂ ਦੀ ਪ੍ਰੋਫਾਈਲ ਦਿਖਾ ਸਕਦੇ ਹੈਗੇ ਹੋ। ਸੋ ਤੁਸੀਂ ਉਹ ਮੇਰੀ ਵੀਡੀਓ ਦੇਖੋਗੇ, ਤੁਹਾਨੂੰ ਉਹਦੇ ਵਿੱਚ ਸਾਰੀ ਚੀਜ਼ਾਂ ਦਾ ਜਵਾਬ ਜਿਹੜਾ ਉਹ ਮਿਲ ਜਾਏਗਾ। ਅੰਮੀ ਬਰਾੜ ਦਾ ਹੀ ਹੈ ਕਿ ਸਰ ਸੈਲ ਨਿਊ ਆਈ ਟੀ ਆਰ 'ਚ ਓਨਲੀ ਇਨਕਮ ਲਿਖੀ ਹੁੰਦੀ ਹੈ, ਉਹ ਤੁਸੀਂ ਟਾਈਪ ਦੇਖੋ, ਟਾਈਪ ਆਫ ਆਈ ਟੀ ਆਰ ਦੇਖੋ। ਆਈ ਟੀ ਆਰ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਆਈ ਟੀ ਆਰ 1, 2, 3, 4। ਸੋ ਕਈ ਤਰ੍ਹਾਂ ਦੀ ਆਈ ਟੀ ਆਰ ਹੁੰਦੀ ਹੈ, ਤੁਸੀਂ ਜੋ ਤੁਸੀਂ ਕੰਮ ਕਰਦੇ ਹੋ ਉਹਦੇ ਮੁਤਾਬਕ ਤੁਸੀਂ ਆਈ ਟੀ ਆਰ ਭਰੋ। ਇਹ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਸਕਦੇ ਹੋ, ਯੂਟਿਊਬ 'ਤੇ ਦੇਖ ਸਕਦੇ ਹੋ, ਮੇਰੀ ਵੀਡੀਓ ਦੇਖ ਸਕਦੇ ਹੋ, ਜਾਂ ਕਿਸੇ ਵਧੀਆ ਕੰਸਲਟੈਂਟ ਜਾਂ ਵਧੀਆ ਜਿਹੜਾ ਹੈਗਾ ਇਨਕਮ ਟੈਕਸ ਵਕੀਲ ਨਾਲ ਗੱਲ ਕਰ ਸਕਦੇ ਹੈ। ਗੁਰਪਾਲ ਜੀ ਲਿਖਦੇ ਨੇ, ਸਰ ਸਤਿ ਸ਼੍ਰੀ ਅਕਾਲ ਭਾਅ ਜੀ, ਆਈ ਟਰੈਵਲ ਸਿੰਗਾਪੁਰ ਟਵਾਈਸ, ਥਾਈਲੈਂਡ, ਇੰਡੋਨੇਸ਼ੀਆ, ਦੁਬਈ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਰਸ਼ੀਆ, ਐਂਡ 6.5 ਲੱਖ ਦੀ ਪ੍ਰੋਫਾਈਲ ਹੈ। ਸ਼ੈਨਿੰਗਨ ਵੀਜ਼ਾ ਮਿਲੂਗਾ, 100% ਮਿਲੂਗਾ, ਅੱਖਾਂ ਮੀਚ ਕੇ ਮਿਲੂਗਾ। ਲੋਕਡਾਊਨ ਤੋਂ ਬਾਅਦ ਜਦੋਂ ਸ਼ੈਨਿੰਗਨ ਵੀਜ਼ਾ ਓਪਨ ਹੋਏਗਾ, ਤੁਸੀਂ ਸਾਡੇ ਕੋਲ ਆ ਜਾਓ, ਤੁਹਾਨੂੰ 100% ਵੀਜ਼ਾ ਲੈ ਕੇ ਦੇਵਾਂਗੇ, ਕਿਉਂਕਿ ਤੁਹਾਡੀ ਪਰਫੈਕਟ ਪ੍ਰੋਫਾਈਲ ਹੈ। ਜਿੰਨੀ ਦੀ ਸਾਨੂੰ ਆਈ ਟੀ ਆਰ ਚਾਹੀਦੀ, ਆਈ ਟੀ ਆਰ ਹੈ, ਟਰੈਵਲ ਹਿਸਟਰੀ ਸਫੀਸ਼ੈਂਟ ਹੈ, 100% ਵੀਜ਼ਾ ਮਿਲੂਗਾ, ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਨਵਦੀਪ ਕੌਰ ਪੁੱਛਦੇ ਨੇ, ਸਰ ਜੇ 4 ਮੰਥ ਦਾ, ਜੇ ਬੇਬੀ 4 ਮੰਥ ਦਾ ਹੋਵੇ ਉਹ ਵੀ ਨਾਲ ਜਾ ਸਕਦਾ? ਬਿਲਕੁਲ ਜਾ ਸਕਦਾ ਜੀ, ਪੂਰੀ ਫੈਮਿਲੀ ਨਾਲ ਜਾ ਸਕਦੀ ਹੈ, ਬੇਬੀ ਵੀ ਨਾਲ ਜਾ ਸਕਦਾ ਹੈ। ਤੁਹਾਡੀ ਪ੍ਰੋਫਾਈਲ ਵਧੀਆ ਹੋਏਗੀ, ਤੁਹਾਡਾ ਵੀਜ਼ਾ ਲੱਗੇਗਾ, ਤੁਹਾਡਾ ਬੇਬੀ ਵੀ ਜਿਹੜਾ ਹੈਗਾ ਉਹ ਤੁਹਾਡੇ ਨਾਲ ਜਾ ਸਕਦਾ ਹੈਗਾ। ਹਾਂ, ਅਗਲਾ ਹੈਗਾ ਜੀ, ਮਲਿਕ ਸਾਹਿਬ ਪੁੱਛ ਰਹੇ ਨੇ, ਜੇ ਸੈਲਰੀ ਸਲਿੱਪ ਨਾ ਹੋਵੇ ਅਤੇ ਸੈਲਰੀ ਬਾਏ ਹੈਂਡ ਮਿਲਦੀ ਹੋਵੇ? ਉਹ ਦੋਸਤੋ, ਤੁਹਾਨੂੰ ਸੈਲਰੀ ਸਲਿੱਪ ਲੈਣੀ ਪੈਂਦੀ ਹੈ, ਕਿਉਂਕਿ ਜਵਾਨੀ ਕਲਾਮੀ ਅੰਬੈਸੀ ਨਹੀਂ ਮੰਨਦੀ, ਭਾਵੇਂ ਜਾਂ ਆਪਣੀ ਜਿਹੜੀ ਸੈਲਰੀ ਨੂੰ ਅਕਾਊਂਟ 'ਚ ਪਾਓ ਜਾਂ ਤੁਸੀਂ ਸੈਲਰੀ ਸਲਿੱਪ ਲਓ, ਤਦ ਹੀ ਤੁਹਾਡੀ ਜਿਹੜੀ ਗੱਲਬਾਤ ਬਣ ਸਕਦੀ ਹੈ, ਅਦਰਵਾਈਜ਼ ਨਹੀਂ। ਅੱਗੇ ਪ੍ਰਭਜੋਤ ਕੌਰ ਪੁੱਛਦੇ ਨੇ, ਜਿਹੜਾ ਟੂਰਿਸਟ ਵੀਜ਼ਾ ਹੈਗਾ ਨੈਨੇ 'ਚ ਕਨਵਰਟ ਹੋ ਸਕਦਾ? ਦੇਖੋ ਦੋਸਤੋ, ਤੁਸੀਂ ਜਿਹੜਾ ਵੀਜ਼ਾ ਨੂੰ ਉੱਥੇ ਜਾ ਕੇ ਵਰਕ ਪਰਮਿਟ 'ਚ ਕਨਵਰਟ ਕਰ ਸਕਦੇ ਹੋ, ਪਰ ਕਨਵਰਟ ਜ਼ਿਆਦਾ ਚਾਂਸ ਉਸੇ ਦੇ ਹੁੰਦੇ ਨੇ ਜੇ ਤੁਹਾਡੀ ਪ੍ਰੋਫਾਈਲ ਪਹਿਲਾਂ ਵੀ ਹੀ ਲਿਖਿਆ ਹੋਵੇ। ਜਦੋਂ ਤੁਸੀਂ ਟੂਰਿਸਟ ਜਾਂ ਵੀਜ਼ਾ ਲਿੱਤਾ ਸੀਗਾ, ਕੀ ਤੁਸੀਂ ਉਹਦੇ 'ਚ ਲਿਖਿਆ ਸੀ ਕਿ ਤੁਸੀਂ ਨੈਣੇ ਦਾ ਕੰਮ ਕਰਦੇ ਹੈਗੇ, ਤੁਹਾਡਾ ਪਾਸਟ ਨੈਣੇ ਤੁਸੀਂ ਕੰਮ ਕਰਦੇ ਰਹੇ ਹੋ? ਸੋ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਇਹ ਨਹੀਂ ਹੈ ਵੀ ਜਿਹੜਾ ਐਗਰੀਕਲਚਰ, ਜੇ ਬੰਦਾ ਕੋਈ ਖੇਤੀਬਾੜੀ ਪਹਿਲਾਂ ਤੁਸੀਂ ਖੇਤੀਬਾੜੀ ਲਿਖ ਕੇ ਵੀਜ਼ਾ ਲੈ ਲਿਆ ਅਤੇ ਉੱਥੇ ਜਾ ਕੇ ਤੁਸੀਂ ਸਟੋਰ ਕੀਪਰ ਦਾ ਵੀਜ਼ਾ ਲੈ ਲਉਂਗੇ ਜਾਂ ਇਲੈਕਟ੍ਰੀਸ਼ਨ ਦਾ ਵੀਜ਼ਾ ਲੈ ਲਉਂਗੇ, ਉਹ ਪੋਸੀਬਲ ਹੈਗਾ, ਪੋਸੀਬਲ ਨਹੀਂ ਹੁੰਦਾ। ਜੇ ਤੁਸੀਂ ਇੱਥੋਂ ਨੈਣੀ ਦਾ ਭਰਿਆ ਤੁਹਾਡੇ ਫਾਰਮ ਦੇ ਵਿੱਚ, ਤਾਂ ਤੁਸੀਂ ਇੱਥੇ ਜਾ ਕੇ ਕਨਵਰਟ ਕਰਾ ਸਕਦੇ ਹੋ, ਅਦਰਵਾਈਜ਼ ਨਹੀਂ। ਇਸ ਤੋਂ ਇਲਾਵਾ ਇਹਦੀ ਕੈਟਾਗਰੀਜ਼ ਹੁੰਦੀਆਂ ਨੇ, ਹੈ ਨਾ, ਤੁਹਾਡਾ ਆਈਲੈਟਸ ਹੋਣਾ ਵੀ ਕਈ ਕੈਟਾਗਰੀ ਵਾਸਤੇ ਜ਼ਰੂਰੀ ਹੈਗਾ। ਅੱਗੇ ਹੈਗਾ ਜੀ ਰੋਬਿਨ ਧਾਲੀਵਾਲ, ਭਾਅ ਜੀ ਮੈਂ ਜਰਮਨੀ 'ਚ ਹਾਂ, ਐਜ ਏ ਸਟੂਡੈਂਟ ਰਹਿ ਰਿਹਾ ਹਾਂ ਪਿਛਲੇ 1.5 ਈਅਰ ਤੋਂ। ਮੈਂ ਪਿਛਲੇ ਸਾਲ UK ਵੀ ਟਰੈਵਲ ਕੀਤਾ ਸੀ,
एंड शैनिगन का भी होर भी काफ़ी कंट्री घूम चुका हाँ। लास्ट ईयर मैं कनेडा का अपलाई किया पर वो रिफ्यूज हो गया है, कि मैं दोबारा अप्लाई कर सकता? रोहन जी बिल्कुल तुसी कर सकते हो, एक बार रिफ्यूज हो गया कोई दिक्कत नहीं, जो थोड़ी वधिया ट्रैवल हिस्ट्री हैगी है तो तुसी दोबारा तो भी अप्लाई कर सकते हो। कैनेडा थोड़ी प्रोफाइल देखता है, कैनेडा नूं डर हुंदा है कि तुसी जाके वापस नहीं मुड़ोंगे। सो जेकर तुसी इस चीज़ की अपने डाकूमेंट के गरंटी दे दें हो कि मैं वापस मुड़ के आऊँगा तो थोड़ा वीज़ा जिहड़ा वो लग जाता है, रिजैक्शन का कोई चक्कर नहीं, थोड़ी जिहड़ा है थोड़ा स्टेटमेंट नहीं चेंज होनी चाहिए, रिजैक्शन का कोई चक्कर नहीं। सो तुसी सानू आपका फार्म जिहड़ा पिछला तुसी भरिया सी सेंड कर दिओ व्हाट्सएप पर, असी देख के तुहानू दस दांगे। होर वधेरे जानकारी लई तुसी सानू कॉन्टैक्ट कर सकते हैगे। अगे लिखते हैं जी एक होर परसन ने, टूरिस्ट वीज़ा लई बायोमैट्रिक कदों शुरू होगा? दोस्तों जिवें हुण पिछले दिनों स्टूडेंट वीज़ा वास्ते बायोमैट्रिक शुरू हो चुका है, सो कैनेडा हौली हौली खुलता जा रहा है, उम्मीद है बहुत छेती जिहड़ा है बायोमैट्रिक शुरू होगा। सो मैं कोशिश की है कि कुछ गल्लां दे जवाब तुहानू देण दी, बहुत सारे कमेंट ने सारे दे जवाब नहीं दिते जा सकते, टाइम की शॉर्टेज होंदी हैगी है। सो तुसी भी मेरी वीडियो तो कमेंट करया करो, जो थोड़े मन च डाउट है तुसी मैनू पुछ सकदे हो, कॉल करके पुछ सकदे हो, तो कमेंट दे रूप दे पुछ भी पुछ सकदे हो, मैं कोशिश करूँगा थोड़े हर एक जवाब का सवाल का जवाब देने लई। बहुत बहुत धन्यवाद, सत श्री अकाल।